तेरी के बेइज्जती होगी हैं बेइज्जती नहीं दे और के तमने सौदा हड़ल पापा बिना बगड़ायो दे हमारी कमांडर जड़ी है वा नाश ठीक रखे तमने पता ही है ना अगली कॉल बैठी हुई थी मेल पापा खोले मैं के कहियो अरे मेरे के के लायो वे के हो गया दा फिर ओया खोती का सिर कोणी ने जैसा आता किलो शक्कर गोल पापा तक के तो बिना पॉइंट मारे वे एड़े चुन्नी चुन्नी खाइयो थारा 3 रोजा निकल जाएगा ये सोरो औरतों दिमाग की रहो वे ਮੈਂ ਸ਼ੱਕਰ ਆਪਣਾ ਖਾਨ ਜਿਵੇਂ ਆੜੀ ਕਾਰ ਤੇ ਕੋਈ ਨਹੀਂ ਨਾ ਦੱਸਣ ਜੀ ਵੀ ਆਣੀ ਥੀ ਜੇ ਕਦੇ ਤਾਮਣ ਗੋ ਜ਼ਲੀਲ ਕਮਕਾਰੀ ਛੋੜੇ ਤਾਂ 10 ਕਿਲੋ ਆਣੀ ਥੇ ਮੇਰੇਦਰ ਕੋਈ ਇਸ਼ਾਰਾ ਤੀਰੋ ਕਾਰ ਛੋੜਨੋ ਤਾਂ ਨਾ ਉਸ ਰਾਮੜਾ ਦੇ ਸਾਹਮਣੇ ਜੋ ਲਫਾਫਾ ਹੀ ਨਾ ਖੋਲਦੀ ਆ ਨਾ ਮੇਰੋ ਮਗਲ ਚਟ ਵੀ ਕੁੜੀ ਆ 2 ਕਿਲੋ ਸ਼ੱਕਰ ਥੋੜੀ ਨਹੀਂ ਹੋਤੀ ਵੀ ਜੋ ਪਹਿਲਾਂ ਮਕਾਦ ਐ ਸਹੀ ਨਾ ਤੂੰ ਆਪਣਾ ਆਪ ਪਰ ਧਿਆਨ ਦੇ ਕਰ ਆਪਣਾ ਘਰ ਵਰ ਧਿਆਨ ਦੇ ਕਰ ਇਹ ਲੋਕਾਂ ਬਾਰਾਵਾਂ ਨਾ ਸੋਚਿਆ ਕਰ ਫਲਾਣੂ ਕੇ ਸੋਚਿਆ ਫਲਾਣੂ ਕੇ ਸੋਚਿਆ ਮਗਜ਼ ਮਾਰੇ ਜਾਉ ਤੇਰੋ ਹੋ ਕਉ ਮਾ ਕੋਈ ਨਹੀਂ ਆਣ ਕੇ ਮੇਰੇ ਕੋਲ ਬੈਠੀ ਵੀ ਸੀ ਜਵਣਾ ਨਹੀਂ ਸੀ ਜਿਸ ਆਖਾਂ ਵਿੱਚ ਭੋਲਾ ਪਿਆਣਾਤਾ ਹੋ ਕਉ ਨਾ ਮੈਂ ਘਰ ਜਾਇ ਦੋ ਨਿਕਾਈ ਚੀਜ਼ ਦਸਤੀ ਵੀ ਮਿੰਨਾ ਸਹੀ ਆ ਕੋਈ ਨਹੀਂ ਵੀ ਜਮੀਨਾ ਪਤੋ ਹੈ ਕਿੰਨੇ ਕੀ ਦਾ ਸ਼ੱਕ ਰਖੇ ਤੂੰ ਨਾ ਐਵੇਂ ਟੈਨਸ਼ਨ ਲੈ ਐਣਾ ਫਿਰ ਉਹ ਨਾ ਹੋ ਰਾ ਸ਼ੱਕ ਵੈ ਜਾਂ ਨਾ ਵੈ ਇਹ ਮੇਰਾ ਖੁਦਾ ਹੀ ਜਾਣਦਾ ਅਗਲੇ ਮਹੀਨੇ ਆਤ ਬੱਲੇ ਜੇ ਕਹਿਣ ਲਗੀ ਕੱਲ ਮੇਰੇ ਸਾਬਨੇ ਸੋਤਾ ਆੜੀ

ਦਾ ਜੁਆ ਮੇਰਾ ਮੁਕੱਦਰ ਕੀ ਤੋਇਆ ਏੜੇ 2 ਕਿਲੋ ਲੈ ਆਵਿਆ ਨਾ ਮੇਰੀ ਇੱਜ਼ਤ ਬਚੀ ਆ ਕੇ ਕਰੂੰ ਹੁਣ ਤੇਰੀ ਸਹੇਲੀਆਂ ਨਾਲ ਖੁਸ਼ ਕਰਨ ਵਾਸਤੇ ਉਹ ਸ਼ੱਕਰ ਢੋਣ ਲੱਭ ਚੋਂ ਪਾਗਲਾ ਆਰ ਇਸ ਰਾਈਆਂ ਨਾਲ ਅੱਲਾ ਮੇਰਾ ਕੇ ਸਹੇਲੀ ਬਣਾਵੇਗਾ ਉਹ ਕੋ ਕੋਣੀ ਤਾੜੇ ਮੇਰਾ ਮਾਰੇ ਤੇ ਉਹ ਕੇ ਯਾ ਤੇਰੀ ਸਹੇਲੀ ਐ ਸਹੇਲੀ ਐ ਮੇਰਾ ਜੁੱਤਾ ਕੀ ਐਵੇਂ ਸਹੇਲੀ ਨਹੀਂ ਤਾਂ ਤੇਰਾ ਕੋਲ ਆਣਾ ਕਾ ਨਾ ਰੋਜ਼ ਬੈਠੀ ਰਹੇ ਕਦੇ ਤੇਰੀ ਸ਼ੱਕਰ ਚੈੱਕ ਕਰਿਆ ਕਦੇ ਕੋਈ ਚੈੱਕ ਕਰਿਆ ਐਵੇਂ ਮਾਰੇ ਫਾਤਰੀ ਵੀ 10 ਕਿਲੋ ਸ਼ੱਕਰ ਤੇਰੇ ਕੋ ਦਿਮਾਗ ਖਰਾਬ ਦੇ ਨਹੀਂ ਹੋ ਗਿਆ ਆਏ ਮੇਰੇ ਅੱਲਾ ਜਿਸ ਰਾ ਉਸ ਕਮੀਨੀ ਨੇ ਕੱਲ ਮੈਨਾ ਪੁਆਇੰਟ ਮਾਰਿਆ ਥਾ ਨਾ ਮੇਰਾ ਦਿਲ ਤਾਂ ਕਿ 20 ਕਿਲੋ ਸ਼ੱਕਰ ਵਹਿ ਦਤਾ ਮਾੜੇ ਅਲ ਫਾਫਾ ਮੇਰਾ ਹੱਥ ਮਾਂ ਦੇ ਤਾਂ ਓਏ ਡਲ ਮਾਰ ਗਲ ਫਾਫਾ ਖੋਲਣ ਦੇ ਕੋ ਐ ਮਾਰੇ ਸਭ ਮਨੀ ਸ਼ੱਕਰ ਆਣੀ ਹੈ ਤਾਂ ਅਗਲੀ ਉਹ ਰੰਗ ਕਾਲੋ ਦੇ ਨੀਲ ਨੇ ਫਿਰ ਗਿਆ ਮੇਰਾ ਨਾ ਵੀ ਨਾ ਨਹੀਂ 45 ਰੁਪਿਆ ਕਿਲੋ ਸ਼ੱਕਰ ਹੈ ਤਾਂ ਉਹ ਕੀ ਕਰੂੰ ਹੁਣ ਤੇਰੀ ਗਮਾਂਡਣਾ ਦਾ ਰੰਗ ਕਾਲਾ ਦਾ ਨੀਲਾ ਕਰਨ ਵਾਸਤੇ ਸ਼ੱਕਰ ਟੋ 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 ਹੋ ਗਿਆ ਆਣ ਤੋਂ ਰੋਂਦਾ ਹੁਣ ਆਣ ਕੇ ਦਸਤੋਂ ਨੂੰ ਲਫਾਫਾ ਬਾਦ ਬਾਦ ਗਿਆ ਐੜੇ ਮੇਰੀ ਇੱਜ਼ਤ ਤੇ ਉੱਪਰ ਹੀ ਤਾਵਣਾ 45 ਰੁਪਿਆ ਗੱਲ ਇੱਜ਼ਤ 베ਜਤੇ ਕੀ ਨਹੀਂ ਗੱਲ ਐ ਫਜ਼ੂਲ ਖਰਚੀ ਕੀ ਤੂੰ ਜੀਆ ਇਹਨਾਂ ਲੋਕਾਂ ਨਾਲ ਦੱਸਣ ਵਾਸਤੇ ਦਾ ਉਹ ਜਿਉ ਆਪਣਾ ਵਾਸਤੇ ਦਾ ਆਪਣਾ ਬਾਹਲ ਬਚਾ ਵਾਸਤੇ ਓ ਤੇਰਾ ਕੋਈ ਕਸੂਰ ਨਹੀਂ ਐੜੇ ਤੇਰਾ ਕੋਈ ਕਸੂਰ ਨਹੀਂ ਉਸ ਲਾ ਪੀਟ ਰਹੀ ਸੀ ਮਾਂ ਬਾਪ ਦੀ ਜਾਨ ਨਾ ਮੈਂ ਕਿਉਂ ਗੇਰੋ ਬੇਰੋਜ਼ਗਾਰ ਆ ਇਸਨਾਂ ਨਾ ਦੀਓ ਰਿਸ਼ਤਾ ਨਾ ਦੀਓ ਉਸ ਲਾ ਕਹਿਣਾ ਨਹੀਂ ਤਾ ਦੇ ਮੈਂ ਤਾ ਦੇ ਬਾਂਬਣਾ ਵਾਂਗਾ ਗਮਾਣਾ 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 ਲਾਦੇ ਆ ਉਸ ਲਾ ਬਲਤ ਹੋਇਆ ਜਵਾਲ ਮੇਰੇ ਸਿਰ ਨੋ ਪਿਆ ਪਰ ਲੋਸ ਲਮੀਨਾ ਫੌਜੀ ਹੈ ਕਣ ਕੋ ਰਿਸ਼ਤੋ ਆਵੇ ਤਾ ਤੇਰਾ ਦਰਦ ਨਾ ਵੇ ਆ ਇਸ ਲ ਸੁਖ ਕਰਦੀ ਹਾਂ ਤੂੰ ਕੇ ਸੁਖ ਵਾ ਜਿਹਨੇ ਫੌਜੀਆਂ ਕੋ ਸਾਲ ਪੂਰਾ ਰਹੇ ਡਿਊਟੀਆਂ ਉਰ ਇੱਕ ਦਫਾ ਆਵੇਂ ਘਰ ਐੜਾ ਤਾਂ ਤਨਖਾਹ ਵੀ ਉਹ ਨਹੀਂ ਮੀਨਾ ਹੀ 60000 ਹੈ ਤੇਰਾ ਆ ਰਿਹਾ ਨਹੀਂ 45 ਰੁਪਿਆ ਹੀ ਛੱਕਰੇ 45 ਰੁਪਿਆ ਹੀ ਛੱਕਰੇ 45 45 ਕਰਤਾ ਮਰ ਜਾਓ ਇਸੇ ਰ ਆਹੋ ਫੌਜੀ ਤੀ ਨਾ 60000 ਕੀ ਮੀਨਾ ਹੀ ਛੱਕਰ ਖਵਾ ਲਿਆ ਕਰਿਆ ਨਾ ਨਾ ਐਵੇਂ ਮਗਰ ਚਟ ਵੀ ਆਂਗਾ ਰੋਟੀ ਤਰ ਕੀ ਕਰਾਂ ਫਿਰ ਮੀਨਾ ਵਿਚਾਰੀ ਮੀਨਾ ਹੀ ਇਧਰੋਂ ਥਿਓ ਹੈ ਹਾਲਿਓ ਕਾ ਫੁੱਟੋ ਪੰਡਾ ਕਨਪਟਾਕੇ ਗੁੱੜੇ ਤੂੰ ਹੈ ਜ਼ਿਆਦਾ ਚਾੜਨਾ ਹੋ ਮੈਂ ਉਹ ਕਰਛੀ ਦੇਸ਼ ਨੂੰ ਨਾਥੇ ਦੇ ਉੱਪਰ ਤੂੰ ਮੇਰੀ ਨਸਾਂ ਮੇ ਕਰਛੀ ਮਾਰੇ ਹੀ ਮੇਰੀ ਨਸਾਂ ਮੇ ਕਰਛੀ ਮਾਰੇ ਹੀ ਮਰੇ ਉਹ ਸਮਝਾ ਤੂੰ ਨਾਸਾ ਵਾ ਇਤਨਾ ਫਿਕਰ ਤਾਂ ਅੜੇ ਨਾ ਕੱਲ 5 ਕਿਲੋ ਸ਼ੱਕਰ ਲੈ ਗਿਆ ਹਵੇ ਇਹਨਾਂ ਦਾ ਦੋ ਤਰਫ ਦਾ ਕੰਮ ਆਸਾ ਤੋ ਕਿਲੋ ਚਾਹ ਆੜੀ ਸੀ ਦਿਨੋਂ ਕੋਲੋ ਇਹ ਪੰਡਾ ਨੇ ਉਰਾਂ ਪਰ ਪਟਾਕ ਵੀ ਨਵਰ ਪੈਸਾ ਲਗਾਵਾ ਮੈਂ ਮਾ ਉਹ ਬਿਹਤਰ ਛੋੜੂ ਦੀ ਨਿੱਤੇ

ਇਤ ਫਾਂਡਾਉ ਖੜਕਾਰ ਨਾ ਬਾਈ ਹੋਣ ਆਹਾ ਮੈਨ ਡਰਾਵਲ ਹੋਇਆ ਨਾ ਮੇਰੀ ਅੰਮਾ ਨੇ ਥਾਲੀ ਦਿੱਤੀ ਵੀ ਹੂੰ ਪੰਨੂ ਛੋਟੇ ਜਿਹੇ ਮੈਨਾਂ ਪਾਣਾ ਤੋੜਨਾ ਤੋੜਨੀ ਪਾਣਾ ਇਹ ਕੀ ਕਰ ਰਹੇ ਹੋ ਤੂੰ ਬਾਜ਼ ਲਾਓ ਕੀ ਕਰ ਰਹੇ ਹੋ ਤੇ ਬਾਜ਼ ਲਾਓ